ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ G20 ਦੇਸ਼ਾਂ ਦੇ ਸੰਸਦੀ ਸਪੀਕਰਾਂ ਦੇ 9ਵੇਂ ਸਿਖਰ ਸੰਮੇਲਨ G20 ਦਾ ਉਦਘਾਟਨ ਕਰਨਗੇ। ਇਹ ਸੰਮੇਲਨ ਨਵੀਂ ਦਿੱਲੀ ਦੇ ਦਵਾਰਕਾ ਵਿੱਚ ਨਵੀਂ ਬਣੇ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਕਸਪੋ ਸੈਂਟਰ ਯਸ਼ੋਪੂਮੀ ਵਿੱਚ ਹੋਵੇਗਾ। ਸੰਮੇਲਨ ਬਾਰੇ ਜਾਣਕਾਰੀ ਦੇਂਦਿਆਂ ਲੋਕ ਸਭਾ ਦੇ ਸਪੀਕਰ ਓਮਬਰਲਾ ਨੇ ਦੱਸਿਆ ਕਿ ਇਸ ਵਿਸ਼ਵ ਪਦਰੀ ਸਮਾਗਮ ਵਿੱਚ G20 ਦੇਸ਼ਾਂ ਦੇ 25 ਸਪੀਕਰ, 10 ਡਿਪਟੀ ਸਪੀਕਰ ਆदि 50 ਸੰਸਦ ਮੈਂਬਰਾਂ ਸਮੇਤ ਹੋਰ ਲੋਕ ਵੀ ਹਿੱਸਾ ਲੈਣਗੇ। ਉਨਾ ਕਿਹਾ ਕਿ ਪੈਨ ਅਫਰੀਕਨ ਸੰਸਦ ਦੇ ਮੁਖੀ ਪਹਿਲੀ ਵਾਰ ਇਸ ਸਮਾਗਮ ਵਿੱਚ ਸਾਲਣਗੇ ਉਹਨਾਂ ਦੱਸਿਆ ਕਿ ਸਮੀਲਨ ਦੌਰਾਨ ਚਾਰੇ ਜਲਾਸ ਆਯੋਜਿਤ ਹੋਣਗੇ ਅਤੇ ਉਦਘਾਟਨੀ ਇਜਲਾਸ ਲੋਕਤੰਤਰ ਦੀ ਤਾਕਤ ਦੇ ਵਿਸ਼ੇ ਤੇ ਹੋਵੇਗਾ ਉਹਨਾਂ ਵੀ ਕਿਹਾ ਕਿ ਸਮੀਲਨ ਦੌਰਾਨ ਸਿਹਤ ਸਿੱਖਿਆ ਖੇਤੀਬਾੜੀ ਅਤੇ ਊਰਜਾ ਨਾਲ ਸੰਬੰਧਤ ਵਿਸ਼ਿਆਂ ਦੀ ਨਾਲ ਨਾਲ ਜਲਵਾਯੂ ਤਬਦੀਲੀ ਤੇ ਵੀ ਚਰਚਾ ਕੀਤੀ ਜਾਵੇਗੀ ਇਸ ਸਾਲ ਇਸ ਸਮੀਲਨ ਦਾ ਮੁੱਖ ਵਿਸ਼ਾ ਇਕਤਰਤੀਕ ਪਰਿਵਾਰ ਇਕ ਪਵਿਕ ਲਈ ਸੰਸਦ ਹੈ